खेती संदां दे उत्पादन विच चमकदार नाम थिंद मैकेनिकल वर्क्स जो के पिंड वडाला जोहल जिला अमृतसर विखे स्थित है जो के 1987 तो किसान भरावां दी सेवा करदा आ रहा है अते समय समय सिर अपने आप नू अपडेट करदा रहंदा है। पिछले दिनी साडे पत्रकार अवतार सिंह वड़ैच वालों थिंद मैकेनिकल वर्क्स दे मालिक सदा रंजीत सिंह नाल विशेष गलबात करदिया उन्होंने पूछा के किवें एक छोटा जिहा पौधा अज वड्डे पेड़ दा रूप धारण कर चुका है अते उन्हां वालों केड़ा केड़ा प्रोडक्ट तैयार किया जाता है। कारोबार साडे फादर साहब ने शुरू किया सी 1987 विच उदों तों उन्होंने शुरू किया एक छोटे जिहे पद्धर तों तुसीं इह जिहड़ा कारोबार शुरू किया सीगा इस वेले जिहड़ा ਕਾਫੀ ਬੁਲੰਦੀਆਂ ਤੇ ਵੱਧ ਫੁੱਟ ਰਿਹਾ ਤੁਸੀਂ ਉਹਨੂੰ ਕਾਫੀ ਅੱਗੇ ਤੱਕ ਲੈ ਕੇ ਜਾ ਰਹੇ ਹੋ ਤੇ ਪੰਜਾਬ ਤੋਂ ਬਾਹਰ ਵੀ ਤੁਹਾਡੇ ਜਿਹੜੇ ਖੇਤੀਬਾੜੀ ਦੇ ਸੰਦ ਜਾ ਰਹੇ ਨੇ ਉਹਦੇ ਬਾਰੇ ਕੀ ਕਹੋ। ਹਾਂਜੀ ਪੰਜਾਬ ਤੋਂ ਬਾਹਰ ਵੀ ਜਾ ਰਹੇ ਆ ਜੀ ਹਰਿਆਣਾ ਯੂਪੀ ਬਿਹਾਰ ਇੱਥੇ ਸਾਰੀ ਜਗ੍ਹਾ ਸੰਦ ਜਾਂਦੇ ਨੇ ਆਪਣੇ ਖੇਤੀਬਾੜੀ ਦੇ ਤੇ ਇਹ ਸਾਡੇ ਫਾਦਰ ਸਾਹਿਬ ਦੀ ਮਿਹਨਤ ਆ ਬਜ਼ੁਰਗਾਂ ਦੀ ਉਹਨਾਂ ਦੇ ਸਿਰ 'ਤੇ ਆ ਜੀ। ਅਤੇ ਜਦੋਂ ਸ਼ੁਰੂ ਕੀਤਾ ਸੀਗਾ ਇੱਕ ਛੋਟੇ ਜਿਹੇ ਪੱਧਰ ਤੋਂ ਸ਼ੁਰੂ ਕੀਤਾ ਸੀਗਾ ਕਿੰਨਾ ਕਿੰਨਾ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਸੀ? ਜ਼ਿਆਦਾ ਮੁਸ਼ਕਲ ਤਾਂ ਜੀ ਫਾਈਨੈਂਸ਼ੀਅਲੀ ਹੁੰਦੀ ਆ ਜੀ ਉਸ ਟਾਈਮ ਉਹਨਾਂ ਚੀਜ਼ਾਂ ਦੀ ਜ਼ਿਆਦਾ ਦਿੱਕਤ ਹੁੰਦੀ ਹੈ। ਅਤੇ ਜਿਹੜੇ ਤੁਸੀਂ ਖੇਤੀਬਾੜੀ ਦੇ ਇੱਥੇ ਸੰਦ ਤਿਆਰ ਕਰ ਰਹੇ ਹੋ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਇੱਥੇ ਤਿਆਰ ਕਰ ਰਹੇ ਹੋ? ਅਸੀਂ ਜੀ ਸੀਡ ਡਰਿੱਲਾਂ ਹੈਪੀ ਸੀਡਰ ਹੋ ਗਿਆ ਜਿਵੇਂ ਸੁਪਰ ਸੀਡਰ ਕਣਕ ਝੋਨਾ ਲਾਉਣ ਵਾਲੀ ਮਸ਼ੀਨ ਸਿੱਧੀ ਜਿਹੜੀ ਨਵੀਂ ਚੱਲੀ ਆ ਨਾਲ ਹੀ ਸਪਰੇਅ ਕਰਦੀ ਹੈ ਜੀ ਉਹ ਬਣਾਈ ਦੀਆਂ ਮਸ਼ੀਨਾਂ ਸਾਰੀਆਂ ਬਾਕੀ ਜਿੰਨੇ ਵੀ ਖੇਤੀਬਾੜੀ ਦੇ ਸੰਦ ਆਪਣੇ ਹੱਲਾਂ ਹੁੱਲਾਂ ਸਾਰੀਆਂ ਸੰਦ ਸਾਰੇ ਹਰੇਕ ਤਰ੍ਹਾਂ ਦੇ ਸੰਦ ਬਣਾਈ ਦੇ ਆ ਜੀ। ਜਿਹੜੀ ਤਕਨੀਕ ਦਿਨ ਤੋਂ ਦਿਨ ਪ੍ਰਤੀ ਦਿਨ ਡਿਵਲਪ ਹੋ ਰਹੀ ਹੈ ਅਪਡੇਟ ਹੋ ਰਹੀ ਹੈ ਕਿਵੇਂ ਤੁਸੀਂ ਅਪਡੇਟ ਕਰਦੇ ਹੋ ਆਪਣੇ ਆਪ ਨੂੰ? ਜੀ ਅਸੀਂ ਕੰਟੀਨਿਊਸਲੀ ਜਿਹੜੇ ਆਪਣੇ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਜਾਂ ਇੰਡੀਆ ਦੀ ਕੋਈ ਵੀ ਐਗਰੀਕਲਚਰ ਆ ਜ਼ਿਆਦਾ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਹੈ ਜੀ ਉਹ ਫਿਰ ਉੱਥੋਂ ਦੇ ਜਿਹੜੇ ਡਾਕਟਰ ਹੈਗੇ ਨੇ ਉਹ ਸਾਡੇ ਕੋਲੋਂ ਸੰਦ ਤਿਆਰ ਕਰਵਾਉਂਦੇ ਨੇ ਸਾਨੂੰ ਅਸੀਂ ਉਹਨਾਂ ਦੇ ਕੋਲੋਂ ਸਲਾਹ ਮਸ਼ਵਰਾ ਲੈ ਲਈਦਾ ਜੀ ਉਸ ਹਿਸਾਬ ਨਾਲ ਅਸੀਂ ਕਰੀਦਾ ਕੰਮ ਬਾਕੀ ਕਸਟਮਰਾਂ ਦੇ ਨਾਲ ਵੀ ਉਹ ਵੀ ਆਪਣੀ ਫੀਡਬੈਕ ਦੇ ਦਿੰਦੇ ਨੇ ਫਿਰ ਇੱਦਾਂ ਰਲ ਕੇ ਨਵੀਂ ਤੋਂ ਨਵੀਂ ਟੈਕਨੀਕ ਡਿਵੈਲਪ ਕਰੀਦੀ ਹੈ। ਇਸ ਮੌਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਜਿਸ ਨਾਲ ਅੱਜ ਥਿੰਦ ਮਕੈਨੀਕਲ ਵਰਕਸ ਦਾ ਨਾਮ ਉੱਚ ਬੁਲੰਦੀਆਂ ਤੇ ਹੈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਜੇ ਕੁਆਲਿਟੀ ਦੇ ਕੰਪਰੋਮਾਈਜ਼ ਕਰਾਂਗੇ ਤਾਂ ਫਿਰ ਆਪਣਾ ਜਿਹੜਾ ਕੰਪਨੀ ਦਾ ਆ ਉਹ ਨਾਂ ਖਰਾਬ ਹੁੰਦਾ ਵਾ ਅਤੇ ਪ੍ਰੋਡਕਟ ਫਿਰ ਕਸਟਮਰ ਜਿਹੜਾ ਉਹਨੂੰ ਪ੍ਰੈਫਰ ਨਹੀਂ ਕਰਦਾ ਬਾਏ ਕਰਨ ਲੱਗਿਆ। ਜੇ ਚੰਗੀ ਕੁਆਲਿਟੀ ਦੇਵਾਂਗੇ ਫਿਰ ਹੀ ਉਹ ਬਾਏ ਕਰਨ ਲੱਗਿਆ। ਇੱਕ ਜਿਹੜਾ ਛੋਟਾ ਜਿਹਾ ਅਤੇ ਛੋਟਾ ਜਿਹਾ ਪੌਦਾ ਜਿਹੜਾ ਤੁਹਾਡੇ ਫਾਦਰ ਸਾਹਿਬ ਨੇ ਲਗਾਇਆ ਸੀਗਾ 1987 ਦੇ ਵਿੱਚ ਅੱਜ ਸ਼ਾਨਦਾਰ ਰੂਪ ਧਾਰਨ ਕਰ ਚੁੱਕਾ ਹੈ ਅਤੇ ਤੁਸੀਂ ਵੀ ਉਹਨੂੰ ਆਪਣਾ ਪੂਰਾ ਸਹਿਯੋਗ ਦੇ ਰਹੇ ਹੋ ਪੂਰੀ ਮਿਹਨਤ ਕਰ ਰਹੇ ਹੋ
ਉਹਦੇ ਬਾਰੇ ਸੰਤਾਂ ਨੂੰ ਦੱਸੋ। ਹਾਂਜੀ, ਅਸੀਂ ਉਹਨਾਂ ਜਿੰਨੀ ਮਿਹਨਤ ਤਾਂ ਨਹੀਂ ਕਰ ਸਕਦੇ, ਪਰ ਫਿਰ ਵੀ ਲੱਗੇ ਹੋਏ ਹਾਂ ਆਪਣੇ ਦਿਲੋਂ ਵੀ ਇਹਨੂੰ ਹੋਰ ਅਗਾਂਹ ਲੈ ਕੇ ਜਾਈਏ, ਇੰਟਰਨੈਸ਼ਨਲ ਲੈਵਲ ਦਾ ਬਣਾਈਏ ਜੀ। ਖੇਤੀਬਾੜੀ ਦੀ ਜਿਹੜੀ ਕਿੱਤਾ ਹੈ ਦਿਨ ਤੋਂ ਦਿਨ, ਖੇਤੀਬਾੜੀ 'ਚ ਵੀ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਨੇ, ਤੁਸੀਂ ਸੰਦ ਤਿਆਰ ਕਰ ਰਹੇ ਹੋ ਖੇਤੀਬਾੜੀ ਦੇ ਨਾਲ ਸੰਬੰਧਿਤ, ਅਤੇ ਉੱਧਰ ਵੀ ਤੁਹਾਡਾ ਰੁਝਾਨ ਹੁੰਦਾ ਹੈ? ਇਸ ਤਰ੍ਹਾਂ ਹੈ ਜੀ, ਹੁਣ ਦੁਨੀਆ ਜਿਹੜੀ ਆ ਉਹ ਗਲੋਬਲ ਲੈਵਲ ਨਾਲ ਜੁੜ ਰਹੀ ਹੈ ਹਰੇਕ ਬੰਨੇ, ਅਤੇ ਸੰਦ ਖੇਤੀ ਦੇ ਨਵੀਂ ਤੋਂ ਨਵੀਂ ਤਕਨੀਕ ਵਿੱਚ ਆ ਰਹੀ ਹੈ। ਪਹਿਲਾਂ ਇਕੱਲਾ ਆਪਾਂ ਗੱਲ ਕਰਦੇ ਮਕੈਨੀਕਲ ਹੀ ਹੁੰਦੇ ਸੀ, ਅੱਜ ਕੱਲ੍ਹ ਉਹਦੇ ਵਿੱਚ ਇਲੈਕਟ੍ਰੋਨਿਕਸ ਵੀ ਆ ਰਹੀ ਆ, ਕੰਪਿਊਟਰ ਵਾਲੀਆਂ ਚਿੱਪਾਂ ਨਾਲ ਖੇਤੀਬਾੜੀ ਦੇ ਸੰਦ ਜਿਹੜੇ ਉਹਦੀ ਪ੍ਰੈਸੀਜਨ ਵਧਾਈ ਜਾ ਰਹੀ ਹੈ ਜੀ। ਬੀਜ ਦੀ ਡਰੋਪੇਜ ਕਿੰਨਾ ਡੂੰਘਾ ਭੇਜਣਾ ਵਾ, ਵੇਥ ਤੋਂ ਵੇਥ ਦੀ ਦੂਰੀ, ਇਹ ਸਾਰੀਆਂ ਚੀਜ਼ਾਂ ਗਾਂਹ ਦੀ ਗਾਂਹ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਣਗੀਆਂ, ਆਉਣ ਵਾਲੇ ਕੁਝ ਸਾਲਾਂ 'ਚ। ਆਓ ਹੁਣ ਸੁਣਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਥਿੰਦ ਮਕੈਨੀਕਲ ਵਰਕਸ ਕੀ ਨਵਾਂ ਲੈ ਕੇ ਆ ਰਿਹਾ ਹੈ। ਆਉਣ ਵਾਲੇ ਥੋੜ੍ਹੇ ਸਮੇਂ ਤੱਕ ਤੁਸੀਂ ਕੀ ਨਵਾਂ ਲੈ ਕੇ ਆ ਰਹੇ ਹੋ ਕਿਸਾਨ ਭਰਾਵਾਂ ਵਾਸਤੇ, ਜਿਹੜਾ ਉਹਨਾਂ ਨੂੰ ਖੇਤੀਬਾੜੀ ਦੇ ਵਿੱਚ ਲਾਭਦਾਇਕ ਸਾਬਤ ਹੋਵੇਗਾ? ਜੀ, ਹੁਣ ਤਾਂ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਵਾਲੇ ਸੰਦ ਤਿਆਰ ਕਰਕੇ ਉਹਨਾਂ ਦੀ ਤਕਨੀਕ ਸੁਧਾਰ ਕੇ ਅਤੇ ਬਾਜ਼ਾਰ ਵਿੱਚ ਲਿਆਉਂਦੇ ਜਾਣ, ਤਾਂ ਜੋ ਜਿਹੜੀ ਝੋਨੇ ਵੇਲੇ ਵੱਧ ਪਾਣੀ ਦੀ ਖਪਤ ਹੁੰਦੀ ਆ ਉਹਨੂੰ ਘਟਾਇਆ ਜਾ ਸਕੇ। ਉਹ ਪੰਜਾਬ ਦਾ ਜ਼ਮੀਨੀ ਲੈਵਲ ਜਿਹੜਾ ਪਾਣੀ ਦਾ ਵਾ ਉਹ ਬਹੁਤ ਥੱਲੇ ਜਾ ਰਿਹਾ ਹੈ, ਇਸ ਬਾਰੇ ਇਸ ਟਾਈਮ ਇਸ ਬਾਰੇ ਧਿਆਨ ਲੱਗਾ ਹੋਇਆ ਸਰ। ਅੱਜ ਕੱਲ੍ਹ ਬੱਚਿਆਂ ਦਾ ਰੁਝਾਨ ਹੈ ਕਿ ਸਟੱਡੀ ਕਰ ਲਈ, ਪੜ੍ਹ ਕੇ ਬਾਹਰ ਨੂੰ ਨਿਕਲ ਜਾਣਾ, ਖੇਤੀਬਾੜੀ ਵੱਲ ਨੂੰ ਜਿਹੜੇ ਬੱਚੇ ਧਿਆਨ ਨਹੀਂ ਦਿੰਦੇ ਅੱਜ ਕੱਲ੍ਹ, ਅਤੇ ਤੁਸੀਂ ਆਪਣੇ ਉਸੀ ਪਿਤਾ ਪੁੱਤ ਕੀ ਕਿੱਤਾ ਕਹਿ ਲਓ ਉਹਦੇ ਨਾਲ ਜੁੜੇ ਹੋਏ ਹੋ। ਹਾਂਜੀ ਹਾਂਜੀ, ਵੇਖੋ ਜੀ, ਇਹ ਤਾਂ ਆਪੋ ਆਪਣਾ ਜਿੱਦਾਂ ਕਿਸੇ ਦਾ ਮਨ ਕਰਦਾ ਵਾ, ਕਿਸੇ ਨੂੰ ਬਾਹਰ ਜਾਣ ਦਾ ਸ਼ੌਂਕ ਹੁੰਦਾ, ਕਿਸੇ ਨੂੰ ਇੱਥੇ ਕੰਮ ਕਰੀ ਇੱਥੇ ਰਹਿ ਕੇ ਵੀ ਕੰਮ ਆਪਣਾ ਪੂਰਾ ਕਾਰੋਬਾਰ ਕਰ ਸਕਦੇ ਆ, ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਅਤੇ ਇੱਕ ਸਫਲ ਕਿਸਾਨ ਇਹ ਬਿਜ਼ਨਸਮੈਨ ਆਪਾਂ ਤੁਹਾਨੂੰ ਕਹਿ ਲਈਏ ਜਾਂ ਤੁਹਾਡੇ ਫਾਦਰ ਸਾਹਿਬ ਨੂੰ ਕਹਿ ਲਈਏ, ਸਫਲ ਜਿਹੜੇ ਬਿਜ਼ਨਸਮੈਨ ਨੇ, ਅਤੇ ਕੀ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਇੱਥੇ ਰਹਿ ਕੇ ਵੀ ਕੰਮ ਕਾਰ ਕੀਤਾ ਜਾ ਸਕਦਾ, ਮਿਹਨਤ ਕੀਤੀ ਜਾ ਸਕਦੀ ਹੈ, ਨਾਲ ਨੂੰ ਭੱਜਦੇ ਨੇ, ਅਤੇ ਕੀ ਤੁਹਾਡਾ ਮੈਸੇਜ ਰਹੇਗਾ ਉਹਨਾਂ ਨੌਜਵਾਨ ਪੀੜ੍ਹੀ ਵਾਸਤੇ? ਜੀ, ਮੈਸੇਜ ਇਹ ਹੈ ਜੀ, ਆਪਣਾ ਜੇ ਤਾਂ ਮਿਹਨਤ ਕਰਦੇ ਰਹੋਗੇ ਤਾਂ ਸਫਲ ਹੋ ਜਾਓਗੇ, ਜੇ ਨਹੀਂ ਕਰੋਗੇ ਤਾਂ ਫਿਰ ਤਾਂ ਉੱਥੇ ਖੜ੍ਹੇ ਰਹਿ ਜਾਓਗੇ। ਮਿਹਨਤ ਕਰੀ ਜਾਓ, ਤਰੱਕੀ ਕਰੀ ਜਾਓ, ਅਤੇ ਪੋਜ਼ਿਟਿਵ ਰਹੋ। ਨੈਗੇਟਿਵ ਸੋਚੋਗੇ ਤਾਂ ਉਹ ਫਿਰ ਤੁਹਾਨੂੰ ਇਹ ਕਿਸੇ ਨਾ ਕਿਤੇ ਪਿੱਛੇ ਧੱਕੂਗਾ, ਪੋਜ਼ਿਟਿਵ ਸੋਚੋਗੇ ਤਾਂ ਤੁਸੀਂ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਤੀਜੇ ਚੌਥੇ ਦਿਨ ਕਾਮਯਾਬ ਹੋ ਜਾਓ।